ਪਕਲ ਸਰੀ ਸ਼ਹਿਰ ਦੀ ਕਰੀਗੇ ਤਾਂ ਸਰੀ ਸ਼ਹਿਰ ਦੇ ਵਿੱਚ ਜਾਂ ਇਸ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਸਿਹਤ ਸਵਾਮਾ ਦਾ ਮੁੱਦਾ ਹਮੇਸ਼ਾ ਹੀ ਗਰਮਾਇਆ ਰਿਹਾ ਆ ਬੀਤੇ ਕੁਝ ਮਹੀਨਿਆਂ ਤੋਂ ਡਾਕਟਰ ਬੜੇ ਸਰਗਰਮ ਹੋਏ ਆ ਕਿਉਂਕਿ ਹੁੰਦਾ ਕੀ ਸੀ ਲੋਕਾਂ ਨੂੰ ਵੀ ਲੱਗਦਾ ਵੀ ਸ਼ਾਇਦ ਡਾਕਟਰ ਕੰਮ ਨਹੀਂ ਕਰਦੇ ਜਾਂ ਹਸਪਤਾਲ ਦਾ ਜਿਹੜਾ ਸਟਾਫ ਆ ਉਹ ਢੱਲਾ ਮੱਠਾ ਰਹਿੰਦਾ ਆ ਉਹ ਕੰਮ ਨਹੀਂ ਕਰਦਾ ਸੋ ਉਹਨਾਂ ਨੇ ਵਾਰ-ਵਾਰ ਚਿੱਠੀਆਂ ਦੇ ਰੂਪ ਦੇ ਵਿੱਚ ਗੁਪਤ ਰਹਿ ਕੇ ਸਾਹਮਣੇ ਆ ਕੇ ਜਾਣਕਾਰੀ ਨਸ਼ਰ ਕਰਨੀ ਸ਼ੁਰੂ ਕਰ ਦਿੱਤੀ ਵੀ ਅਸਲ ਹਾਲਾਤ ਤਾਂ ਇਹ ਆ ਕਿ ਸਾਡੇ ਸਿਹਤ ਸਮੱਸਿਆਵਾਂ ਦੀ ਘਾਟ ਆ ਬੈਸਤਰਾਂ ਦੀ ਘਾਟ ਆ ਉਹ ਦਰਿਆ ਦਾ ਪਰਲਾ ਪਾਸਾ ਜਿਹਨੂੰ ਕਿ ਆਪਾਂ ਵੈਨਕੂਵਰ ਰਿਚਮਨ ਬਰਨਵੀ ਨਿਊ ਵੈਸਟ ਕਹਿ ਦਿੰਨੇ ਆ ਉੱਥੇ 3000 ਦੇ ਕਰੀਬ ਬਿਸਤਰੇ ਮੌਜੂਦ ਆ ਇੰਨੇ ਹਸਪਤਾਲ ਆ ਤੇ ਆਬਾਦੀ ਸਰੀ ਲੈਗਲੀ ਡੈਲਟਾ ਤੇ ਇਧਰਲੇ ਪਾਸੇ ਦੀ ਉਨੀ ਹੀ ਆ ਇੱਥੇ ਸਿਰਫ 600 ਦੇ ਕਰੀਬ ਬਿਸਤਰੇ ਮੌਜੂਦ ਆ ਸੋ 5 ਗੁਣਾ ਦਾ ਫਰਕ ਆ ਤੁਸੀਂ ਦੇਖ ਲਓ ਵੀ 5 ਗੁਣਾ ਦਾ ਫਰਕ ਕਿਵੇਂ ਬਰਾਬਰ ਹੋ ਸਕਦਾ ਸੋ ਇਸ ਸਬੰਧੀ ਇੱਕ ਰੈਲੀ ਜਿਹੜੀ ਆ ਸਰੀ ਵਿੱਚ ਲਿਖੀ ਗਈ ਆ ਤਾਂ ਕਿ ਅੰਕੜਿਆਂ ਤੋਂ ਸਹੀ ਜਾਣਕਾਰੀ ਤੋਂ ਲੋਕਾਂ ਨੂੰ ਜਾਣੂ ਕਰਾਇਆ ਜਾ ਸਕੇ ਸੋ ਜੇ ਡਾਕਟਰ ਇਹ ਇਨੀਸ਼ੀਏਟਿਵ ਲੈ ਰਹੇ ਆ ਉਹ ਕਹਿੰਦੇ ਸਾਡਾ ਕੋਈ ਸਾੜਾ ਨਹੀਂ ਕੋਈ ਹੈਗਾ ਪਰਲਿਆਂ ਦੇ ਨਾਲ ਕੋਈ ਈਰਖਾ ਨਹੀਂ ਹੈਗੀ ਜਿਵੇਂ ਇਹ ਨਹੀਂ ਕਹਿੰਦੇ ਵੀ ਉਹਨਾਂ ਨੂੰ ਕਿਉਂ ਸੇਵਾ ਸਹੂਲਤਾਂ ਦਿੱਤੀਆਂ ਜਾ ਰਹੀਆਂ ਸਾਨੂੰ ਕਿਉਂ ਨਹੀਂ ਦਿੱਤੀਆਂ ਜਾ ਰਹੀਆਂ ਇਸ ਲਈ ਕਹਿੰਦੇ ਆ ਵੀ ਉਹਨਾਂ ਨੂੰ ਜੋ ਦਿੱਤਾ ਜਾ ਰਿਹਾ ਪਰਲੇ ਪਾਸੇ ਵਾਲਿਆਂ ਨੂੰ ਅਵੇਨਕੂਵਰ ਵਾਲਿਆਂ ਨੂੰ ਬਹੁਤ ਵਧੀਆ ਗੱਲ ਆ ਉਹ ਹੱਕਦਾਰ ਆ ਸਹੀ ਸਿਹਤ ਸਵਾਮਾਂ ਦੇ ਪਰ ਸਾਡੇ ਨਾਲ ਵੀ ਬਰਾਬਰ ਦਾ ਕਰੋ ਜਿਹੜੇ ਇਧਰਲੇ ਪਾਸੇ ਵਾਲੇ ਆ ਦਰਿਆ ਦੇ ਸਾਊਥ ਵਾਲੇ ਸਾਈਡ ਸਰੀ ਡੈਲਟਾ ਲੈਂਗਲੀ ਵਾਲੇ ਇਹਨਾਂ ਨੂੰ ਵੀ ਬਰਾਬਰ ਬੈਸਥਰੇ ਜਿਹੜੇ ਆ ਮਹੱਈਆ ਕਰਾਓ ਇਹਦੇ ਵਿੱਚ ਘਾਟ ਕੀ ਆ ਕਿ ਸਾਡੇ ਜਿਹੜੇ ਰਾਸੀ ਨਮਾਇੰਦੇ ਆ ਉਹ ਇਸ ਖੇਤੀ ਦੀ ਗੱਲ ਸਹੀ ਤਰੀਕੇ ਨਾਲ ਵਕਟਕੁੜੀਆਂ ਚ ਪਹਚਾ ਨਹੀਂ ਸਕੇ ਜਾਂ ਜਿਹੜੇ ਲੋਕ ਆ ਉਹੀ ਸੁੱਤੇ ਪਏ ਆ ਜਵਾਬਦੇਹੀ ਨਹੀਂ ਮੰਗਦੇ ਸੋ ਇਸ ਗੱਲਾਂ ਤੇ ਇਸ ਦੇ ਨਾਲ ਸਬੰਧਤ ਹੋਰ ਗੱਲਾਂ ਦਾ ਜਿਹੜਾ ਪਾਰਤਾਰਾ ਔਰ ਇਹਲੀ ਵਿੱਚ ਹੋਣਾ ਕੱਲ ਨੂੰ ਸ਼ਨੀਵਾਰ ਨੂੰ 9 ਸਤੰਬਰ ਦੁਪਹਿਰ 2 ਵਜੇ ਤੋਂ ਲੈ ਕੇ 5 ਵਜੇ ਤੱਕ ਸਰੀ ਸਿਟੀ ਹਾਲ ਦੇ ਨਾਲ ਜਿਹੜਾ ਸਿਵਿਕ ਪਲਾਜ਼ਾ ਆ ਸਰੀ ਸਿਟੀ ਹਾਲ ਦੀ ਬੈਕ ਪੈ ਜਾਂਦੀ ਆ ਇੱਕ ਪਾਸੇ ਸਰੀ ਲਾਇਬ੍ਰੇਰੀ ਆ ਦੂਜੇ ਪਾਸੇ ਸਿਵਿਕ ਹੋਟਲ ਹੈ ਵਿਚਾਲੇ ਬਹੁਤ ਵੱਡਾ ਵਿੜਾ ਜਿੱਥੇ 2018 ਦੇ ਵਿੱਚ ਵੇਕ ਅਪਰੇਲੀ ਹੋਈ ਸੀਗੀ ਉਸੇ ਜਗ੍ਹਾ ਇਹ ਰੈਲੀ ਡਾਕਟਰਸ ਵੱਲੋਂ ਲਈ ਗਈ ਆ ਤੇ ਖੁੱਲਾ ਸੱਦਾ ਦਿੱਤਾ ਗਿਆ ਕਿ ਸਾਰੇ ਲੋਕ ਉੱਥੇ ਹੌਮ ਹਮਾ ਕੇ ਹਰੇਕ ਪਾਈਚਾਰੇ ਵਿੱਚੋਂ ਪਹੁੰਚਣ ਆਪਣੇ ਆਂਡ ਗੋਂਡ ਨੂੰ ਦੱਸੋ ਆਪਣੇ ਰਿਸ਼ਤੇਦਾਰਾਂ ਨੂੰ ਦੱਸੋ ਕਿਉਂਕਿ ਜਿੰਨਾ ਵੱਡਾ ਕੱਟ ਹੋਊਗਾ ਪੁੰਨਿਆਂ ਵੱਡਾ ਸਰਕਾਰ ਦੇ ਉੱਤੇ ਪ੍ਰਭਾਵ ਪੈਣਾ ਹੁਣ ਇਹ ਵੇਲਾ ਆ ਦੇਖਣ ਦਾ ਕਿ ਅਕਸਰ ਅਸੀਂ ਟਾਕ ਸ਼ੋਜ਼ ਦੇ ਵਿੱਚ ਮਹਿਫਲਾਂ ਦੇ ਵਿੱਚ ਘਰਾਂ ਦੇ ਵਿੱਚ ਰਿਸ਼ਤੇਦਾਰਾਂ ਦੇ ਜਾ ਕੇ ਇਹਦਾ ਬਹੁਤ ਕੰਪਲੇਂਟ ਕਰਦੇ ਆ ਕਿ ਸਿਹਤ ਸਵਾਮਾਂ ਦਾ ਹਾਲ ਬਹੁਤ ਮਾੜਾ ਆ ਜੀ ਡਾਕਟਰਾਂ ਦੀ ਅਪਾਇੰਟਮੈਂਟ ਨਹੀਂ ਮਿਲਦੀ ਪਰ ਜਦੋਂ ਸਾਨੂੰ ਆਪਣਾ ਫਰਜ਼ ਨਿਭਾਉਣ ਦਾ ਮੌਕਾ ਮਿਲਦਾ ਉਦੋਂ ਅਸੀਂ ਕੀ ਸੱਚੀ ਫਰਜ਼ ਨਿਭਾਉਨੇ ਆ ਇਹੋ ਜੀ ਰੈਲੀ ਵਿੱਚ ਜਾ ਕੇ ਹਾਜ਼ਰੀ ਲਵਾਉਨੇ ਆ ਸਿਆਸਤਦਾਨਾਂ ਦੇ ਕੰਨਾਂ ਤੇ ਜੂਸਰਕਾਉਣ ਵਾਸਤੇ ਅਸੀਂ ਕੋਈ ਉਦਦਮ ਕਰਦੇ ਆ ਜਾ ਕੇ ਦਿਖਾਉਨੇ ਆ ਵੀ ਆਦੇ ਕੋਈ ਏਡਾ ਵੱਡਾ ਇਕੱਠ ਹੋਇਆ ਵੀ ਸਾਨੂੰ ਲੋੜ ਹੈਗੀ ਆ ਸੋ ਜਿਹੜੀ ਕੱਲ ਦੀ ਰੈਲੀ ਆ ਉਹਦੇ ਵਿੱਚ ਹੋਣ ਵਾਲਾ ਇਕੱਠੇ ਗੱਲ ਤੈਅ ਕਰੂਗਾ ਵੀ ਇਕੱਠ ਕਿੱਡਾ ਕੋ ਹੁੰਦਾ ਤੇ ਜਿੱਦਾਂ ਇਕੱਠ ਹੋਊਗਾ ਫਿਰ ਉੱਡਾ ਸਰਕਾਰ ਦੇ ਉੱਤੇ ਅਸਰ ਪਾਊਗਾ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ